ਮਹਿਲਾਵਾਂ ਰੱਖਣ ਖਾਸ ਧਿਆਨ, ਐਵੇਂ ਸਕੂਟੀ ਖੋ ਕੇ ਲੈ ਜਾਂਦੇ ਨੇ ਲੁਟੇਰੇ, ਨਹੀਂ ਚੱਲਿਆ ਇਸ ਮਹਿਲਾ ਦਾ ਵਸ। ਤਾਂ ਦੱਸ ਦਈਏ ਕਿ ਦੋ ਲੁਟੇਰਿਆਂ ਦੇ ਵੱਲੋਂ ਇਸ ਮਹਿਲਾ ਤੋਂ ਸਕੂਟੀ ਖੋ ਲਈ ਗਈ ਹੈ, ਜੋ ਕਿ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਜਦੋਂ ਇਹ ਮਹਿਲਾ ਸਕੂਟੀ 'ਤੇ ਸਵਾਰ ਹੋ ਕੇ ਜਾ ਰਹੀ ਸੀ, ਤਾਂ ਇਸਦਾ ਦੋ ਲੁਟੇਰਿਆਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ, ਜੋ ਕਿ ਬਾਈਕ 'ਤੇ ਸਵਾਰ ਹੁੰਦੇ ਨੇ। ਤਾਂ ਜਦੋਂ ਇਹ ਇੱਕ ਸੁਨਸਾਨ ਗਲੀ ਦੇ ਵਿੱਚ ਆਉਂਦੀ ਹੈ, ਤਾਂ ਇਹਨਾਂ ਦੇ ਵੱਲੋਂ ਇਸਦੀ ਸਕੂਟੀ ਦੇ ਅੱਗੇ ਬਾਈਕ ਲਗਾ ਦਿੱਤੀ ਜਾਂਦੀ ਹੈ। ਤਾਂ ਮਹਿਲਾ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਤਾਂ ਕੀਤੀ ਗਈ, ਪਰ ਉਹ ਸਕੂਟੀ ਤੋਂ ਹੇਠਾਂ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਇੱਕ ਲੁਟੇਰਾ ਬਾਈਕ ਤੋਂ ਉਤਰ ਕੇ ਇਸਦੀ ਸਕੂਟੀ ਖੋਹ ਲੈਂਦਾ ਹੈ ਅਤੇ ਦੋਨੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਅਤੇ ਸਾਰੀ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਦਿਨ ਦਿਹਾੜੇ ਚੋਰੀ ਦੀ ਵੱਡੀ ਵਾਰਦਾਤ ਹੋਈ ਹੈ, ਜੋ ਕਿ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਇਹਨਾਂ ਦੇ ਵੱਲੋਂ ਸਕੂਟੀ 'ਤੇ ਜਾ ਰਹੀ ਇੱਕ ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਪਿੱਛਾ ਕੀਤਾ ਅਤੇ ਫਿਰ ਉਸਦੀ ਸਕੂਟੀ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਹੁਣ ਇਸ ਮਹਿਲਾ ਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਗਈ ਹੈ। ਤਾਂ ਪੁਲਿਸ ਦੇ ਵੱਲੋਂ CCTV ਦੇ ਆਧਾਰ 'ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਮਹਿਲਾਵਾਂ ਰੱਖਣ ਖਾਸ ਧਿਆਨ, ਐਵੇਂ ਸਕੂਟੀ ਖੋ ਕੇ ਲੈ ਜਾਂਦੇ ਨੇ ਲੁਟੇਰੇ, ਨਹੀਂ ਚੱਲਿਆ ਇਸ ਮਹਿਲਾ ਦਾ ਵਸ। ਤਾਂ ਦੱਸ ਦਈਏ ਕਿ ਦੋ ਲੁਟੇਰਿਆਂ ਦੇ ਵੱਲੋਂ ਇਸ ਮਹਿਲਾ ਤੋਂ ਸਕੂਟੀ ਖੋਹ ਲਈ ਗਈ ਹੈ, ਜੋ ਕਿ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਜਦੋਂ ਇਹ ਮਹਿਲਾ ਸਕੂਟੀ 'ਤੇ ਸਵਾਰ ਹੋ ਕੇ ਜਾ ਰਹੀ ਸੀ, ਤਾਂ ਇਸਦਾ ਦੋ ਲੁਟੇਰਿਆਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ, ਜੋ ਕਿ ਬਾਈਕ 'ਤੇ ਸਵਾਰ ਹੁੰਦੇ ਨੇ। ਤਾਂ ਜਦੋਂ ਇਹ ਇੱਕ ਸੁਨਸਾਨ ਗਲੀ ਦੇ ਵਿੱਚ ਆਉਂਦੀ ਹੈ, ਤਾਂ ਇਹਨਾਂ ਦੇ ਵੱਲੋਂ ਇਸਦੀ ਸਕੂਟੀ ਦੇ ਅੱਗੇ ਬਾਈਕ ਲਗਾ ਦਿੱਤੀ ਜਾਂਦੀ ਹੈ। ਤਾਂ ਮਹਿਲਾ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਤਾਂ ਕੀਤੀ ਗਈ, ਪਰ ਉਹ ਸਕੂਟੀ ਤੋਂ ਹੇਠਾਂ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਇੱਕ ਲੁਟੇਰਾ ਬਾਈਕ ਤੋਂ ਉਤਰ ਕੇ ਇਸਦੀ ਸਕੂਟੀ ਖੋਹ ਲੈਂਦਾ ਹੈ ਅਤੇ ਦੋਨੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਅਤੇ ਸਾਰੀ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਦਿਨ ਦਿਹਾੜੇ ਚੋਰੀ ਦੀ ਵੱਡੀ ਵਾਰਦਾਤ ਹੋਈ ਹੈ, ਜੋ ਕਿ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਇਹਨਾਂ ਦੇ ਵੱਲੋਂ ਸਕੂਟੀ 'ਤੇ ਜਾ ਰਹੀ ਇੱਕ ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਪਿੱਛਾ ਕੀਤਾ ਅਤੇ ਫਿਰ ਉਸਦੀ ਸਕੂਟੀ ਖੋਹ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਹੁਣ ਇਸ ਮਹਿਲਾ ਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਗਈ ਹੈ। ਤਾਂ ਪੁਲਿਸ ਦੇ ਵੱਲੋਂ CCTV ਦੇ ਆਧਾਰ 'ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਮਹਿਲਾਵਾਂ ਰੱਖਣ ਖਾਸ ਧਿਆਨ, ਐਵੇਂ ਸਕੂਟੀ ਖੋ ਕੇ ਲੈ ਜਾਂਦੇ ਨੇ ਲੁਟੇਰੇ, ਨਹੀਂ ਚੱਲਿਆ ਇਸ ਮਹਿਲਾ ਦਾ ਵਸ। ਤਾਂ ਦੱਸ ਦਈਏ ਕਿ ਦੋ ਲੁਟੇਰਿਆਂ ਦੇ ਵੱਲੋਂ ਇਸ ਮਹਿਲਾ ਤੋਂ ਸਕੂਟੀ ਖੋਹ ਲਈ ਗਈ ਹੈ, ਜੋ ਕਿ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਜਦੋਂ ਇਹ ਮਹਿਲਾ ਸਕੂਟੀ 'ਤੇ ਸਵਾਰ ਹੋ ਕੇ ਜਾ ਰਹੀ ਸੀ, ਤਾਂ ਇਸਦਾ ਦੋ ਲੁਟੇਰਿਆਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ, ਜੋ ਕਿ ਬਾਈਕ 'ਤੇ ਸਵਾਰ ਹੁੰਦੇ ਨੇ। ਤਾਂ ਜਦੋਂ ਇਹ ਇੱਕ ਸੁਨਸਾਨ ਗਲੀ ਦੇ ਵਿੱਚ ਆਉਂਦੀ ਹੈ, ਤਾਂ ਇਹਨਾਂ ਦੇ ਵੱਲੋਂ ਇਸਦੀ ਸਕੂਟੀ ਦੇ ਅੱਗੇ ਬਾਈਕ ਲਗਾ ਦਿੱਤੀ ਜਾਂਦੀ ਹੈ। ਤਾਂ ਮਹਿਲਾ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਤਾਂ ਕੀਤੀ ਗਈ, ਪਰ ਉਹ ਸਕੂਟੀ ਤੋਂ ਹੇਠਾਂ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਇੱਕ ਲੁਟੇਰਾ ਬਾਈਕ ਤੋਂ ਉਤਰ ਕੇ ਇਸਦੀ ਸਕੂਟੀ ਖੋਹ ਲੈਂਦਾ ਹੈ ਅਤੇ ਦੋਨੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਅਤੇ ਸਾਰੀ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਦਿਨ ਦਿਹਾੜੇ ਚੋਰੀ ਦੀ ਵੱਡੀ ਵਾਰਦਾਤ ਹੋਈ ਹੈ, ਜੋ ਕਿ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਇਹਨਾਂ ਦੇ ਵੱਲੋਂ ਸਕੂਟੀ 'ਤੇ ਜਾ ਰਹੀ ਇੱਕ
ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਪਿੱਛਾ ਕੀਤਾ ਤੇ ਫਿਰ ਉਸਦੀ ਸਕੂਟੀ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਹੁਣ ਇਸ ਮਹਿਲਾ ਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਗਈ ਹੈ। ਤਾਂ ਪੁਲਿਸ ਦੇ ਵੱਲੋਂ CCTV ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।